ਹਾਂਜੀ ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਅੰਕਲ ਮੇਰਾ ਘਰ ਵਸਾਓ ਵੀ ਕਿਵੇਂ, ਮੇਰੇ ਛੋਟੇ ਛੋਟੇ ਬੱਚੇ ਹੈਗੇ, ਮੈਂ ਕਿਵੇਂ ਸਾਂਭਣੇ ਉਹਨਾਂ ਨੂੰ। ਉਹ ਪਛਾ ਦੇਂਗੇ ਅੰਕਲ ਨੂੰ, ਖੁਸ਼ ਕਰ। ਨਾਲ ਕਹਿੰਦੇ ਮਿਲਣਾ, ਹਾਂਜੀ ਨਾਲ ਕਹਿੰਦੇ ਮਿਲਣਾ। ਹਾਂਜੀ ਉਹ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾ, ਮੈਂ ਕਿਹਾ ਵੀ ਤੁਸੀਂ ਵੀ ਨਾਨੀ ਵਰਗਿਆਂ ਨੂੰ ਮਿਲ ਲੈਂਦੇ, ਵੀ ਕੋਈ ਬੈਠ ਕੇ ਗੱਲਬਾਤ ਕਰ ਲੈਂਦੇ। ਤੁਸੀਂ ਆਪ ਹੀ ਕਿਹਾ ਸੀ ਨਾ ਮੈਂ ਤੁਹਾਨੂੰ ਮਿਲਣਾ। ਜੇ ਤੂੰ ਕੁਛ ਕਰੇਂਗੀ ਤੋਰ ਤਾਂ ਦੇਊਂਗਾ। ਹਾਂਜੀ ਅੰਕਲ ਜੀ ਹੁਣ ਮੈਂ ਤਾਂ ਬਹੁਤ ਮਿੰਨਤਾਂ ਕਰ ਲਈਆਂ ਅੰਕਲ ਆਉਂਦੀਆਂ। ਅੰਕਲ ਨੂੰ ਖੁਸ਼ ਕਰ, ਤੋਰ ਤਾਂ ਦੇਊਂਗਾ। ਕੋਈ ਗੱਲ ਨਹੀਂ ਅੰਕਲ, ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ। ਹਾਂਜੀ ਇਹ ਤਾਂ ਮੈਂ ਕਿੱਥੇ ਕਰਾਂ ਵੀ ਚਾਹ ਪਾਣੀ, ਤੁਹਾਨੂੰ ਕਿਹਾ ਹੈਗਾ ਵੀ ਕੋਈ ਗੱਲ ਨਹੀਂ। ਚਾਹ ਪਾਣੀ ਦੂਜਾ ਪਿਆ, ਸਮਝ ਨਹੀਂ ਆਈ ਜਾਂਦੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਆ, ਮੈਨੂੰ ਸਾਫ ਸਾਫ ਗੱਲ ਦੱਸੋ। ਦੇ ਹੋਰ ਕੀ ਕੀ ਮਤਲਬ? ਇੱਕ ਆਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪੀੜਤ ਔਰਤ ਦੇ ਵੱਲੋਂ ਸਰਪੰਚ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹ ਆਪਣੇ ਘਰੇਲੂ ਝਗੜੇ ਦੇ ਫੈਸਲੇ ਦੀ ਗੱਲ ਕਰਦੀ ਹੈ, ਪਰ ਸਰਪੰਚ ਦੇ ਵੱਲੋਂ ਉਸ ਦੇ ਨਾਲ ਆਪਣੀ ਸਰੀਰਕ ਹਵਸ ਮਿਟਾਉਣ ਦੀ ਗੱਲ ਕੀਤੀ ਜਾਂਦੀ ਹੈ। ਤੁਸੀਂ ਵੀ ਸੁਣੋ ਇਹ ਆਡੀਓ। ਹੈਲੋ, ਹਾਂਜੀ ਅੰਕਲ ਜੀ ਬੋਲੋ। ਉਦੋਂ ਮੈਂ ਭੂਤ ਦੇ ਬੈਠਣਾ ਸੀਗਾ, ਹੁਣ ਭੂਤ ਦੇ ਬੈਠਣ ਦੀ ਘਰ ਸੀ, ਮਰ ਕੇ ਭੂਤ ਗਿਆ ਸੀ। ਅੱਛਾ ਠੀਕ ਹੈ ਅੰਕਲ ਜੀ, ਹੁਣ ਅਸੀਂ ਕਹਿੰਦੇ ਸਰ। ਹਾਂਜੀ ਏਕਮ ਚੁੱਪ ਹੋਏ। ਹਾਂਜੀ ਅੰਕਲ ਜੀ ਐਂ ਕਹਿੰਦੀ ਸੀ, ਮੈਂ ਕਿਹਾ ਕੋਈ ਸਾਡਾ ਮਸਲਾ ਹੱਲ ਕਰਵਾ ਦਿੰਦੇ, ਵੀ ਵੂਮਨ ਸੈੱਲ ਵਾਲਿਆਂ ਨੇ ਵੀ ਉਦਾਂ ਹੀ ਕਿਹਾ ਸੀਗਾ ਹੈ ਨਾ, ਵੀ ਕਹਿੰਦੇ ਵੀ ਆਪਦੇ ਪਿੰਡ ਦੇ ਸਰਪੰਚ ਨੂੰ ਵੀ ਜਾਂ ਕੋਈ ਮੋਹਤਵਾਰ ਬੰਦਾ ਹੋਵੇ ਲੈ ਕੇ ਆਓ ਕਹਿੰਦੇ ਤੁਸੀਂ, ਤੇ ਉਧਰੋਂ ਵੀ ਸਨੀ ਨੂੰ ਕਿਹਾ ਸੀਗਾ। ਅੱਛਾ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਦੇ ਪਿੰਡ ਦਾ ਲੈ ਕੇ ਆਓ, ਸ਼ਹਿਰ ਦਾ ਐਮਸੀ। ਉਹਨਾਂ ਨੂੰ ਇਹ ਕਿਹਾ ਸੀ ਸਨੀ ਨੂੰ ਵੀ ਤੁਸੀਂ ਆਪਦੇ ਪਿੰਡ ਦਾ ਐਮਸੀ ਲੈ ਕੇ ਆਓ ਸ਼ਹਿਰ ਦਾ, ਅੱਛਾ ਵੀ ਫੇਰ ਹੀ ਕੋਈ ਫੈਸਲਾ ਹੋਊਗਾ। ਕਿਵੇਂ ਤਰੀਕ? 6 ਤਰੀਕ ਦੀ ਪਾਈ ਅੰਕਲ। ਜਨਵਰੀ ਦੀ ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾ, ਮੈਂ ਕਿਹਾ ਵੀ ਤੁਸੀਂ ਵੀ ਨਾਨੀ ਵਰਗਿਆਂ ਨੂੰ ਮਿਲ ਲੈਂਦੇ, ਵੀ ਕੋਈ ਬੈਠ ਕੇ ਗੱਲਬਾਤ ਕਰ ਲੈਂਦੇ। ਤੁਸੀਂ ਆਪ ਹੀ ਕਿਹਾ ਸੀ ਨਾ ਮੈਂ ਤੁਹਾਨੂੰ ਮਿਲਣਾ। ਤੋਰ ਤਾਂ ਫਿਰ ਦੇਵਾਂ ਜੇ ਕੁਛ ਕਰੇਂਗੀ ਤਾਂ। ਹਾਂਜੀ ਜੇ ਤੂੰ ਕੁਛ ਕਰੇਂਗੀ ਤਾਂ ਤੋਰ ਤਾਂ ਦੇਊਂਗਾ। ਹਾਂਜੀ ਅੰਕਲ ਜੀ ਹੁਣ ਮੈਂ ਤਾਂ ਬਹੁਤ ਮਿੰਨਤਾਂ ਕਰ ਲਈਆਂ ਅੰਕਲ ਆਉਂਦੀਆਂ, ਮੈਂ ਤਾਂ ਉਹਨਾਂ ਨੇ ਕਰੀ ਜਾਂਦੀ ਹੈ। ਹਾਂਜੀ ਉਹ ਮੈਂ ਬਰਿਆਦ ਨਾਲ ਲਊਂਗਾ, ਤੂੰ ਦੱਸ। ਹਾਂਜੀ ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਅੰਕਲ ਮੇਰਾ ਘਰ ਵਸਾਓ, ਵੀ ਕਿਵੇਂ ਮੇਰੇ ਛੋਟੇ ਛੋਟੇ ਬੱਚੇ ਹੈਗੇ, ਮੈਂ ਕਿਵੇਂ ਸਾਂਭਣਾ ਉਹ। ਪਛਾ ਦੇਂਗੇ ਅੰਕਲ ਨੂੰ, ਖੁਸ਼ ਕਰ। ਹਾਂਜੀ ਅੰਕਲ ਨੂੰ ਖੁਸ਼ ਕਰ, ਤੋਰ ਦਾ ਦੇਊਂਗਾ। ਹਾਂਜੀ ਅੰਕਲ ਜੀ ਕੋਈ ਗੱਲ ਨੀ ਅੰਕਲ, ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਜਿੰਨੀ। ਹਾਂਜੀ ਅੱਛਾ ਕੁਛ ਕਰਨ ਦਾ ਮਤਲਬ ਕਿਵੇਂ ਅੰਕਲ? ਕੁਛ ਕਰਨ ਦਾ ਮਤਲਬ ਕੀ? ਹਾਂਜੀ ਤੈਨੂੰ ਪਤਾ ਨੀ, ਦੱਸੋ ਨਾ ਤੁਸੀਂ ਵੀ ਕੀ ਕਹਿੰਦੇ ਆ, ਤੁਸੀਂ ਸਾਫ ਸਾਫ ਦੱਸੋ ਕੀ ਕਹਿੰਦੇ ਆ ਤੁਸੀਂ। ਮੈਂ ਕਿਹਾ ਸਾਫ ਸਾਫ ਦੱਸੋ ਨਾ ਕੀ ਕਹਿੰਦੇ ਆ ਤੁਸੀਂ। ਤੈਨੂੰ ਕੱਲ ਵੀ ਆਖਿਆ ਸੀ ਵੀ ਬਰਿਆ ਬੁਲਾਂਗੇ ਇਹਨਾਂ ਨੂੰ।
ਹਾਂਜੀ ਮੈਂ ਇਹੀ ਕਹਿੰਦੀ ਹਾਂ ਨਾ ਵੀ ਤੁਸੀਂ ਜਾਂ ਤਾਂ ਬੰਟੀ ਵਰਗਿਆਂ ਨਾਲ ਗੱਲ ਕਰੋ ਜਾਂ ਸਨੀ ਨਾਲ ਗੱਲ ਕਰੋ, ਇਹੀ ਮੈਂ ਤੁਹਾਨੂੰ। ਅੱਛਾ ਸਨੀ ਨਾਲ? ਹਾਂਜੀ ਇਹ ਤਾਂ ਮੈਂ ਕਿਤੇ ਕਰਾਂ ਵੀ ਸਮਝ ਨਹੀਂ ਆਈ ਅੰਕਲ ਮੈਨੂੰ। ਉਹਦੇ ਤੂੰ ਕੁਝ ਕਰ, ਮੈਂ ਫਿਰ ਉਹਨਾਂ ਨੂੰ ਬਰਿਆਦ ਲਾਉਣ ਫੇਰ ਹੀ ਆ। ਕੀ ਕਰਾਂ, ਮੈਨੂੰ ਇਹ ਵੀ ਦੱਸੋ ਵੀ ਮੈਂ ਕਰਾਂ ਕੀ। ਕਿਵੇਂ ਮਿਲਾਂ ਮੈਂ ਤੁਹਾਨੂੰ ਕਿਹਾ ਸੀ ਕੱਲ ਵੀ ਨਾਨੀ ਆਈ ਜਾਂਦੇ ਹੈਗੇ ਆ ਵੀ ਆਪਾਂ ਮਿਲ ਵੀ ਬੈਠ ਜਾਓ ਤੁਸੀਂ ਕੱਲ ਵੀ। ਹਾਂਜੀ ਤੇ ਫਿਰ ਗੱਲ ਤਾਂ ਵੀ ਵੱਡੇ ਹੀ ਕਰਨਗੇ ਨਾ, ਮੈਂ ਤਾਂ ਕੋਈ ਗੱਲ ਨਹੀਂ ਨਾ ਕਰ ਸਕਦੀ ਨਾਨੀ ਵਰਗੀ ਗੱਲ ਕਰ। ਚੱਲ ਠੀਕ ਹੈ, ਇੰਨੀ ਕਰ ਸਕਦੀ ਤੂੰ ਵੀ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ? ਅੱਛਾ ਮੇਰੇ ਨਾਲ ਗੱਲ, ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰੀ ਜਾਂਦੀ ਹਾਂ। ਤੈਨੂੰ ਕਾਹਨੂੰ ਮਤਲਬ ਪਤਾ ਹੈ ਅੰਕਲ? ਮੈਂ ਤੁਹਾਨੂੰ ਕਹੀ ਨਾ ਮੈਨੂੰ ਸਾਫ਼ ਸਾਫ਼ ਗੱਲ ਦੱਸੋ ਕੀ ਗੱਲ ਕੀ ਹੈ, ਮੈਨੂੰ ਸਾਫ਼ ਸਾਫ਼ ਗੱਲ ਦੱਸੋ ਨਾ ਵੀ ਮੈਂ ਕਿਹਾ ਤੁਸੀਂ ਮੈਨੂੰ ਸਾਫ਼ ਸਾਫ਼ ਗੱਲ ਦੱਸੋ ਨਾ ਮੈਂ ਕੀ ਕਰ ਸਕਦੀ ਹੈਗੀ ਆ ਵੀ ਚਾਹ ਪਾਣੀ ਤੁਹਾਨੂੰ ਕਿਹਾ ਹੈਗਾ ਵੀ ਕੋਈ ਗੱਲ ਨੀ ਪੈਸੇ ਲੈ ਲਓ ਜੀ ਤੁਸੀਂ। ਹਾਂਜੀ ਪੈਸੇ ਲੈ ਲਓ ਤੁਸੀਂ। ਹਾਂਜੀ ਚਾਹ ਪਾਣੀ ਦੂਜਾ ਪਿਆ ਨਾ? ਦੂਜਾ ਚਾਹ ਪਾਣੀ ਕਿਹੜਾ ਹੁੰਦਾ? ਮੂੰਹ ਮਿੱਠੇ ਵਾਲਾ। ਮੂੰਹ ਮਿੱਠੇ ਵਾਲਾ? ਸਮਝ ਨਹੀਂ ਆਈ ਜਾਂਦੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਆ, ਮੈਨੂੰ ਸਾਫ਼ ਸਾਫ਼ ਗੱਲ ਦੱਸੋ। ਦੇ ਹੋਰ ਕੀ? ਕੀ ਮਤਲਬ? ਉਹ ਦੇ ਹੋਰ ਕੀ ਫੇਰ ਬਿਆਲ ਉਹਨਾਂ ਨੂੰ ਕੀ ਦਵਾਂ? ਚਲ ਤੈਨੂੰ ਨਹੀਂ ਪਤਾ ਕੱਟ ਲਓ। ਇਹ ਆਡੀਓ ਕਿੱਥੋਂ ਤੱਕ ਸਹੀ ਹੈ ਸਾਡਾ ਅਦਾਰਾ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ। ਵੀਰੋ ਰਿਪੋਰਟ ਦਾ ਸਟੇਟ ਨਿਊਜ਼।